ਜਿਹੜੀਆਂ ਸਾਡੀਆਂ ਕਲਾਊਡ ਪਿਕਚਰਸ ਨੇ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਲੋ ਪ੍ਰੈਸ਼ਰ ਸਿਸਟਮ ਜਿਹੜਾ ਹੈਗਾ ਆ ਉਹਦੇ ਕਰਕੇ ਜਿਹਨੂੰ ਅਸੀਂ ਵੈਸਟਰਨ ਡਿਸਟਰਬੈਂਸ ਵੀ ਕਹਿੰਦੇ ਹਾਂ ਪੰਜਾਬ ਭਰ ਦੇ ਵਿੱਚ 3 ਅਤੇ 4 ਫਰਵਰੀ ਨੂੰ ਵਾਈਡ ਸਪਰੈਡ ਬਾਰਿਸ਼ ਦੀ ਬੱਦਲਵਾਈ ਦੀ ਅਤੇ ਕਿਤੇ ਕਿਤੇ ਗੜੇਮਾਰੀ ਦੀ ਵੀ ਫੋਰਕਾਸਟ ਹੈਗੀ ਹੈ। ਇਹ ਸਿਸਟਮ ਜਿਹੜਾ ਹੈਗਾ ਆ ਇਹ ਪਿਛਲੇ 24 ਘੰਟੇ 'ਚ ਸਟਾਰਟ ਹੋਇਆ ਅਤੇ ਅਜੇ ਆਉਣ ਵਾਲੇ ਜਿਹੜੇ ਹੈਗੇ ਆ 4 ਫਰਵਰੀ ਤੱਕ ਇਹ ਕੰਟੀਨਿਊ ਰਹੇਗਾ, ਉਹਦੇ ਬਾਅਦ ਫਿਰ ਕਲੀਅਰ ਵੈਦਰ ਹੋ ਜਾਏਗਾ। ਮੈਮ ਟੈਂਪਰੇਚਰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਵਧਣਗੇ, ਕਿਉਂਕਿ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਨਵਰੀ ਫਰਵਰੀ ਐਂਡ ਮਤਲਬ ਮਿਡ ਦੇ ਵਿੱਚ ਜਾ ਕੇ ਥੋੜ੍ਹੀ ਠੰਡ ਤੋਂ ਰਾਹਤ ਮਿਲਦੀ ਹੈ, ਸੋ ਟੈਂਪਰੇਚਰਸ ਕਿੱਦਾਂ ਦੇ ਰਹਿਣਗੇ? ਇਸ ਵਾਰੀ ਜਿਹੜਾ ਸਾਡਾ ਸਰਦੀਆਂ ਦਾ ਮੌਸਮ ਰਿਹਾ ਉਹਦੇ ਵਿੱਚ ਸਾਡੇ ਮਿਨੀਮਮ ਟੈਂਪਰੇਚਰ ਜਿਨ੍ਹਾਂ ਨੂੰ ਰਾਤ 'ਤੇ ਕਹੀਦਾ ਹੈਗਾ ਉਹ ਤਾਂ ਹਾਲਾਂਕਿ ਨੀਅਰ ਨੋਰਮਲ ਹੀ ਰਹੇ ਹੈਗੇ ਆ, ਕਿਉਂਕਿ 5 ਜਾਂ 6 ਡਿਗਰੀ ਸੈਲਸੀਅਸ ਇਹਨਾਂ ਦਿਨਾਂ 'ਚ ਨੋਰਮਲ ਰੇਂਜ ਹੁੰਦੀ ਹੈ। ਹਾਂ, ਜਿਹੜੇ ਦਿਨ ਦੇ ਟੈਂਪਰੇਚਰ ਸੀ ਜਿਹੜੇ ਤਕਰੀਬਨ 17 ਤੋਂ 19 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿੰਦੇ ਨੇ ਉਹਨਾਂ ਦੇ ਵਿੱਚ ਕਾਫੀ ਜਨਵਰੀ ਮਹੀਨੇ 'ਚ ਗਿਰਾਵਟ ਦੇਖੀ ਗਈ, ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ ਇਸ ਵਾਰੀ ਕੋਲਡ ਡੇਜ਼ ਵਾਲੀ ਠੰਡ ਪਈ ਹੈਗੀ ਹੈ। ਸੋ ਫਿਲਹਾਲ ਇਹ ਜਿਹੜਾ ਸਿਸਟਮ ਆਇਆ ਇਹਦੇ ਨਾਲ ਵਾਈਡ ਸਪਰੈਡ ਬਾਰਿਸ਼ ਹੈਗੀ ਹੈ, ਹਾਲਾਂਕਿ ਹੈ ਹਲਕੀ ਤੋਂ ਦਰਮਿਆਨੀ ਬਾਰਿਸ਼ ਹੀ ਹੈ ਅਤੇ ਇਹ ਜਿਹੜੀ ਬਾਰਿਸ਼ ਹੈਗੀ ਹੈ ਕਿਉਂਕਿ ਲਾਈਟ ਰੇਨਫਾਲ ਹੋਏਗੀ ਅਤੇ ਇਹ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਵਾਸਤੇ ਕਾਫੀ ਲਾਹੇਵੰਦ ਹੋਏਗੀ, ਕਿਉਂਕਿ ਫਸਲਾਂ ਦੀ ਜਿਹੜੀ ਇਰੀਗੇਸ਼ਨ ਰਿਕੁਆਇਰਮੈਂਟ ਹੁੰਦੀ ਹੈ ਉਹ ਮੀਟ ਹੋ ਜਾਂਦੀ ਹੈ, ਪਰ ਉਹਦੇ ਬਾਅਦ 4 ਫਰਵਰੀ ਤੋਂ ਬਾਅਦ ਫਿਰ ਕਲੀਅਰ ਵੈਦਰ ਦੀ ਫੋਰਕਾਸਟ ਹੈ। ਮੈਮ, ਜਿਵੇਂ ਧੁੰਦ ਪੈ ਰਹੀ ਸੀਗੀ ਪਿਛਲੇ ਦਿਨਾਂ ਵਿੱਚ, ਲੱਗਦਾ ਕਿ ਬਾਰਿਸ਼ ਤੋਂ ਬਾਅਦ ਜਿਹੜੀ ਧੁੰਦ ਤੋਂ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇਗੀ, ਧੁੱਪ ਨਿਕਲੇਗੀ, ਥੋੜ੍ਹਾ ਮੌਸਮ ਕਲੀਅਰ ਹੋ ਜਾਏਗਾ? ਹਾਂਜੀ, ਇਹ ਸਿਸਟਮ ਪਾਸ ਹੋਣ ਦੇ ਬਾਅਦ ਫਿਰ ਕਲੀਅਰ ਵੈਦਰ ਦੀ ਫੋਰਕਾਸਟ ਹੈਗੀ ਹੈ।